ਅਤੋ ਮਿਲ ਜਾਂਦੇ ਨੇ ਸਰ ਆ ਗਰੁੱਪ ਬਣਾ ਲਓ ਯਾਰ ਵੀਡੇ ਭਾਜੀ ਵੀਡੇ ਭਾਜੀ ਗਰੁੱਪ ਬਣਾ ਲਓ ਗਰੁੱਪ ਬਣਾ ਲਓ ਗਰੁੱਪ ਬਣਾ ਲਓ ਯਾਰ ਸਾਡੇ ਵਾਈਸ ਦੇ ਅਸੀਂ ਵੀ ਬ੍ਰੈਂਡੀ ਇੰਟਰਸੀਸ਼ਨ ਦੇ ਚੇਅਰ ਨਾਲ ਸਰ ਆ ਗਰੁੱਪ ਬਣਾ ਲਓ ਯਾਰ ਥੋੜ੍ਹੀ ਥੋੜ੍ਹੀ ਪਿੱਛੇ ਹੋ ਜਾਓ ਥੋੜ੍ਹੀ ਸਰ ਹੋਰ ਪਿੱਛੇ ਹੋ ਜਾਓ ਕੋਈ ਗੱਲ ਨਹੀਂ ਫੋਟੋ ਖਾਲੇ ਛੁਪਾਈ ਥੋੜੀ ਜੀ ਗੱਡੀ ਅੱਗੇ ਕਰ ਲਿਓ ਪਾਣੀ ਗਰੁੱਪ ਲੈ ਲਓ ਨਾਲ ਆਇਓ ਭਾਈ ਸਾਰੇ ਇਕੱਠੇ ਆ ਜਾਓ ਲੀਡੇ ਭਾਈ ਨੂੰ ਜਾਣਦੇ ਇੱਧਰ ਆਇਓ ਸਰ ਥੋੜੀ ਅੱਗੇ ਆ ਜਾਓ ਅੱਗੇ ਆ ਜਾਓ ਸਾਰਾ ਗਰੁੱਪ ਇਕੱਠਾ ਕਰ ਲਓ ਖਿੱਲਰ ਜੋ ਸਾਰੇ ਖਿੱਲਰ ਜੋ ਖਿੱਲਰ ਜੋ ਬਰੇਕ ਖਿੱਲ ਕੋਈ ਗੱਲ ਦੇਖ ਭਾਈ ਆਈ ਹੋ ਉੱਥੇ ਨਾਲ ਹੋਵੋ ਖਿੱਲਰ ਜੋ ਮਾਟੀ ਸਰ ਥੋੜੀ ਦੇਰ ਪਿੱਛੇ ਹੋ ਜਾਓ ਖਿੱਲਰ ਜੋ ਥੋੜਾ ਖਿੱਲਰ ਜੋ ਅਗਰ ਹੋ ਜਾਓ ਸਾਰੀ ਫੋਟੋ ਆਈ ਨਹੀਂ ਤੁਹਾਡੀ ਇੱਕ ਪਹਿਲੇ ਆ ਜਾਓ ਨਾਲ ਇੱਧਰ ਭਾਜੀ ਤੁਸੀਂ ਤੁਸੀਂ ਬਾਸ ਨੀ ਇਹ ਕੰਮ ਕਿਵੇਂ ਚੱਲੇਗਾ ਚੇਅਰਮੈਨ ਸਾਹਿਬ ਕਿੱਥੇ ਰਹੇ ਸਾਡੇ ਸਾਡਾ ਵਪਾਰ ਖਤਰੇ ਪੈ ਜੂਗਾ ਉਹ ਆ ਜਾ ਛੋਟੇ ਮਿੰਨੀ ਰਜੇਸ਼ ਕਹਿੰਦਾ ਤੁਸੀਂ ਫੋਨ ਤੇ ਗੱਲ ਵੀ ਕੀਤੀ ਸੀ ਨਾ ਹਾਂ ਸਰ ਵੀ ਕੁਝ ਆ ਗਿਆ ਉਦੋਂ ਵੀ ਇਹੀ ਜਨ ਸੀ ਅੱਛਾ ਦੋ ਸਾਲ ਹੋ ਗਏ ਨਾ ਆ ਗਿਆ ਵੀ ਆ ਗਿਆ ਇਹਨਾਂ ਫੋਨ ਤੇ ਗੱਲ ਕਰ ਆ ਗਿਆ ਬੰਦੇ ਨੇ ਪੀਲ ਕੀਤੀ ਤੇ ਉਹ ਪਲੇਟਾਂ ਨੂੰ ਕਰ ਕੇ ਗਈ ਬੜੇ ਨਾਮ ਪਰ ਗੁਰਜੀਤ ਸਿੰਘ ਭੁੱਲਰ ਅਸਲ ਦੇਖੋ ਸਰ ਪਤਾ ਲੱਗਦਾ ਨਾ ਵੀ ਜੇ ਮਤਲਬ ਸਰਦੂਲ ਦਾ ਸਾਨੂੰ ਕਹਿੰਦੇ ਇਸ ਤਰ੍ਹਾਂ ਮੈਂ ਯਾਰ ਆਪਾਂ ਬਹਿ ਜਾਂਦੇ ਹੋਣੇ ਇਸ ਤਰ੍ਹਾਂ ਕੁਛ ਨੀ
ਬਿਲਕੁਲ 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 ਔਰ ਦਬਕੇ ਕਿਤੇ ਹੁਣ ਬਸ ਵਾਰੀ ਇਹਦੀ ਸੀਗੀ ਵੀ ਅੰਦਰ ਜਾਣ ਦੀ ਹਲੇ ਗਿਆ ਨੀ ਤੁਸੀਂ ਮੈਨੂੰ ਭੇਜ ਕੇ ਰਹਿਣਾ ਮਜ਼ਾਕ ਲਾਇਆ ਨਾਮ ਦੇ ਲਈ ਤਾਂ ਨਹੀਂ ਲੇਕਿਨ ਹਾਂ ਉਹਨਾਂ ਦੇ ਅਫਕੋਰਸ ਕਾਫੀ ਡ੍ਰੀਮ ਸੀ ਅੰਮ੍ਰਿਤਸਰ ਦੇ ਲਈ ਅੰਮ੍ਰਿਤਸਰ 'ਚ ਹੋਸਪਿਟਲ ਬਣਾਉਣਾ ਚਾਹੁੰਦੇ ਸੀ ਓਲਡ ਪੀਪਲ ਹੋਮ ਬਣਾਉਣਾ ਚਾਹੁੰਦੇ ਸੀ ਜੋ ਉਹਨਾਂ ਦੇ ਦਿਲ ਦੀ ਇੱਛਾ ਸੀ ਕਿ ਮੈਂ ਅੰਮ੍ਰਿਤਸਰ ਦੀ ਸੇਵਾ ਕਰਾਂ ਬੀਂਗ ਸਨ ਆਫ ਸੋਇਲ ਮੀਨਸ ਉਹ ਹਿਸਾਬ ਸਿਰ ਸੀ ਬਲਕਿ ਇਨਫੈਕਟ ਵਿੱਚ ਤੁਹਾਨੂੰ ਵੀ ਪਤਾ ਹੈ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਲਈ ਵੀ ਬੋਲਿਆ ਗਿਆ ਕੰਟੈਸਟ ਕਰਨ ਲਈ ਬਟ ਉਹ ਆਪਣੇ ਦੂਸਰੇ ਉਹ 'ਚ ਬਿਜ਼ੀ ਸੀ ਉਹ ਚਾਹੁੰਦੇ ਸੀ ਕਿ ਮੈਂ ਜਸਟਿਸ ਕਰਾਂ ਐਸ ਕੌਂਸਿਸ ਅਗਰ ਮੈਂ ਰਿਪ੍ਰਜੈਂਟ ਕਰਨਾ ਤਾਂ ਮੈਂ ਰਿਪ੍ਰਜੈਂਟ ਕਰਾਂ ਸਿਰਫ ਮੈਂ ਮੈਂਬਰ ਆਫ ਪਾਰਲੀਮੈਂਟ ਬਣਨ ਲਈ ਨਹੀਂ ਆਵਾਂ ਮੈਂ ਉਸ ਤੋਂ ਬਾਅਦ ਫਿਲਮ ਯੇ ਵੋ ਉਹਨ ਚੱਕਰਾਂ 'ਚ ਨਾ ਰਹਾਂ ਮੈਂ ਫਿਰ ਸੇਵਾ ਕਰਾਂ ਜੋ ਕਿ ਉਹਨਾਂ ਲਈ ਉਸ ਟਾਈਮ 'ਤੇ ਪੋਸੀਬਲ ਨਹੀਂ ਸੀਗਾ ਅਤੇ ਇਸ ਲਈ ਉਹਨਾਂ ਨੇ ਬੋਲਿਆ ਕਿ ਨਹੀਂ ਦਿਸ ਇਜ਼ ਨੋਟ ਦ ਰਾਈਟ ਟਾਈਮ ਮੀ ਟੂ ਕੰਟੈਸਟ ਦ ਇਲੈਕਸ਼ਨ ਫਰੋਮ ਅੰਮ੍ਰਿਤਸਰ ਸਰ ਤੁਸੀਂ ਬਿਲਕੁਲ ਉਹਨਾਂ ਦੇ ਕਰੀਬ ਰਹੇ ਹੋ ਕੁਝ ਕੰਟਰੋਵਰਸੀ ਵੀ ਉਹਨਾਂ ਦੀ ਡੈਥ ਤੋਂ ਬਾਅਦ ਰਹੀਆਂ ਨੇ ਕਿਸੇ ਵੱਲੋਂ ਕੋਈ ਇੱਕ ਲੇਡੀ ਵੱਲੋਂ ਵੀ ਕਿਹਾ ਗਿਆ ਕਿ ਮੇਰੇ ਨਾਂ 'ਤੇ ਜਾਇਦਾਦ ਸੀ ਜਾਂ ਮੇਰਾ ਕੁਝ ਉੱਤਰਾਧਿਕਾਰੀ ਮੈਂ ਵੀ ਹੈਗੀ ਹੈ ਉਹਦਾ ਕੁਛ ਕੀ ਕਲੀਅਰ ਨਹੀਂ ਨਹੀਂ ਇਸ ਇਹ ਸਭ ਬੇਕਾਰ ਦੀ ਗੱਲਾਂ ਇਨਫੈਕਟ ਮੈਂ ਰਾਜੇਸ਼ ਖੰਨਾ ਜੀ ਦੇ ਸਾਥ ਈਵਨ ਆਖਰੀ ਸਾਥ ਸੁਦਿੱਤੀ ਮੈਂ ਵੀ ਸੀ ਹੁਣ ਉਹਨਾਂ ਤਦ ਵੀ ਮੈਂ ਸਾਥ ਸੀ ਅਤੇ ਆਈ ਐਮ ਬੀਂਗ ਅ ਪਾਰਟ ਆਫ ਹਿਸ ਫੈਮਿਲੀ ਮੈਂ ਕਹਿ ਸਕਦਾ ਹੈ ਔਰ ਇਨਫੈਕਟ ਮੈਂ ਜੋ ਲੇਡੀ ਕਲੇਮ ਕਰਦੀ ਹੈ ਉਹ ਸਰਾਸਰ ਗਲਤ ਹੈਗਾ ਸਰਾਸਰ ਗਲਤ ਹੈਗਾ ਉਹਦਾ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਐਸੇ ਰਾਜੇਸ਼ ਖੰਨਾ ਇੱਕ ਫਿਲਮੀ ਸੀ ਪੋਲੀਟੀਕਲ ਸੀ ਔਰ ਇਸ ਦੌਰਾਨ ਕਾਫੀ ਲੋਕ ਮਿਲਦੇ ਨੇ ਮੈਂ ਨਹੀਂ ਬੋਲਾਂਗਾ ਕਿ ਉਹ ਰਾਜੇਸ਼ ਖੰਨਾ ਉਹਨੂੰ ਜਾਣਦੇ ਨਹੀਂ ਸੀ ਲੇਕਿਨ ਉਹ ਜਿਸ ਤਰ੍ਹਾਂ ਪ੍ਰੋਜੈਕਟ ਕਰ ਰਹੀ ਹੈ ਆਪਣੇ ਆਪ ਨੂੰ ਉਹ ਉਸ ਤਰ੍ਹਾਂ ਬਿਲਕੁਲ ਨਹੀਂ ਸੀਗਾ ਔਰ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਸ ਪ੍ਰੋਪਰਟੀ ਦੇ ਉੱਤੇ ਪ੍ਰੋਪਰਟੀ ਉਹਨਾਂ ਦੇ ਬੇਟੀ ਦੋਨੋਂ ਬੇਟੀਆਂ ਦੇ ਨਾਮ ਹੈਗੀ ਔਰ ਉਹਨਾਂ ਦੇ ਨਾਮ ਰਹੇਗੀ ਉਹ ਬੇਕਾਰ ਦੀ ਅਗਰ ਤੁਸੀਂ ਪਬਲਿਸਿਟੀ ਸਟੰਟ ਲਈ ਜਾਂ ਕਿਸੇ ਵੀ ਉਹਦੇ ਲਈ ਕਰਦੇ ਹੋ ਤਾਂ ਇਹ ਆਈ ਥਿੰਕ ਅਗਰ ਤੁਹਾਡਾ ਕੋਈ ਵੀ ਐਸੋਸੀਏਸ਼ਨ ਰਾਜੇਸ਼ ਖੰਨਾ ਜੀ ਦੇ ਨਾਲ ਰਿਹਾ ਤਾਂ ਇਹ ਤੁਹਾਨੂੰ ਬੋਲਣੀ ਵੀ ਨਹੀਂ ਚਾਹੀਦੀ ਚੀਜ਼ਾਂ ਮੀਨਸ ਔਰ ਇਹੋ ਜਿਹੇ ਐਲੀਗੇਸ਼ਨਸ ਉਹਨਾਂ ਨੇ ਈਵਨ ਇੱਕ ਤਰਫ ਬੋਲਦੇ ਹੈ ਕੁਛ ਦੂਸਰੀ ਤਰਫ ਕੁਛ ਬੋਲਦੇ ਤਾਂ ਬੋਲਣਾ ਵੀ ਨਹੀਂ ਚਾਹੀਦਾ ਬਟ ਇਹ ਜੋ ਪ੍ਰੋਪਰਟੀ ਹੈਗੀ ਹੈ ਜਾਂ ਕੁਛ ਵੀ ਹੈ ਉਹ ਰਾਜੇਸ਼ ਖੰਨਾ ਜੀ ਦੀ ਵੱਡੀ ਬੇਟੀ ਔਰ ਛੋਟੀ ਬੇਟੀ ਦੇ ਨਾਮ ਹੈਗਾ ਦੋ ਉਹਨਾਂ ਦੀ ਸੰਤਾਨ ਹੈ ਦੋਨਾਂ ਦੇ ਨਾਮ ਹੈਗਾ ਅੱਛਾ ਤੁਸੀਂ ਰਾਜੇਸ਼ ਖੰਨਾ ਜੀ ਦੇ ਨਾਲ ਉਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਰਹੇ ਹੋ ਇੱਕ ਵੇਲਾ ਸੀਗਾ ਕਿ ਲੋਕ ਸਭਾ ਸੀਟ ਉਹਨਾਂ ਨੂੰ ਇੱਥੋਂ ਆਵਾਜ਼ ਵੀ ਆ ਰਹੀ ਸੀ ਕਿ ਉਹਨਾਂ ਨੂੰ ਇਸ ਵਾਰ ਜੀ 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 ਇਸ ਵਾਰੀ ਜੋ ਤੁਹਾਡੀ ਵਿਜ਼ਿਟ ਹੈ ਬਿਫੋਰ ਲੋਕ ਸਭਾ ਇਲੈਕਸ਼ਨ ਕਿਆ ਅਸੀਂ ਕਹਿ ਸਕਦੇ ਕਿ ਕਿਤੇ ਨਾ ਕਿਤੇ ਤੁਸੀਂ ਜਿਸ ਤਰ੍ਹਾਂ ਦੀ ਨੁੱਕੜ ਮੀਟਿੰਗਸ ਕਰ ਰਹੇ ਹੋ ਜਾਂ ਜਿਸ ਤਰ੍ਹਾਂ ਕਿ ਸੀਕ੍ਰੇਟ ਮੀਟਿੰਗਸ ਚੱਲ ਰਹੀਆਂ ਨੇ ਕਿਆ ਲੱਗ ਰਿਹਾ ਕਿ ਤੁਸੀਂ ਇੱਥੇ ਇੱਛੁਕ ਹੋ ਲੋਕ ਸਭਾ ਇਲੈਕਸ਼ਨ ਲੜਨ ਲਈ ਸਰ ਮੈਂ ਤਾਂ ਇਹ ਕਹਾਂਗਾ ਹਾਲੇ ਕਿ ਮੈਂ ਇਹ ਬੜੀ ਸੋਸ਼ਲ ਗਰਾਊਂਡ 'ਤੇ ਵਿਜ਼ਿਟ ਕਰ ਰਿਹਾ ਅਗਰ ਜੋ ਇਹ ਮੈਂ ਅੰਮ੍ਰਿਤਸਰ ਦੇ ਲੈਂਡ ਦੇ ਨਾਲ ਗੁਰੂ ਭੂਮੀ ਨਾਲ ਮੈਂ ਅੱਜ ਦਾ ਨਹੀਂ ਜੁੜਿਆ ਮੇਰੇ ਪੂਰੇ ਨਾਨਕੇ ਸਭ ਇੱਥੇ ਹੈਗੇ ਨੇ ਮੈਂ ਅੰਮ੍ਰਿਤਸਰ 'ਚ ਮੈਂ ਅੱਜ ਦਾ ਨਹੀਂ ਆ ਰਿਹਾ ਮੈਂ ਹਰ ਸਾਲ ਆਉਂਦਾ ਹੈ ਲੇਕਿਨ ਹਾਂ ਦੋਸਤ ਮਿਲ ਰਹੇ ਨੇ ਹਾਂ ਪੋਲੀਟੀਕਲ ਕਿਉਂਕਿ ਬੀਂਗ ਅ ਪੋਲੀਟੀਕਲ ਪਰਸਨ ਮੈਂ ਖੁਦ ਵੀ ਪੋਲੀਟੀਕਲ ਪਰਸਨ ਸੀਗਾ ਅਗਰ ਤੁਸੀਂ ਡਿਫਰੈਂਟ ਮਤਲਬ ਨਿਕਾਲ ਸਕਦੇ ਹੋ ਲੇਕਿਨ ਹਾਂ ਲੇਕਿਨ ਇਹ ਸਿਰਫ ਸੋਸ਼ਲ ਗਰਾਊਂਡ 'ਤੇ ਮੀਟਿੰਗ ਹੈਗੀ ਔਰ ਕੁਛ ਨਹੀਂ ਹੈਗਾ ਇਹਨੂੰ ਪੋਲੀਟੀਕਲ ਗਰਾਊਂਡ 'ਤੇ ਨਾ ਲਿੱਤਾ ਜਾਏ ਅਸੀਂ ਮੰਨ ਕੇ ਚੱਲ ਰਹੇ ਜੀ ਸਰ ਤੁਸੀਂ ਕਹਿ ਰਹੇ ਹੋ ਕਲੀਅਰ ਕਿਆ ਕਿਤੇ ਕਿਆ ਸੁਣਾਈਆਂ ਨੇ ਕਿ ਹਾਈ ਕਮਾਂਡ ਤੁਹਾਨੂੰ ਇਸ ਸੀਟ ਲਈ ਇੱਥੇ ਆਫਰ ਕਰਦਾ ਕਿ ਤੁਸੀਂ ਇਸ ਸੀਟ ਲਈ ਇੱਥੇ ਲੜਾਈ ਲੜੋ ਜਾਂ ਇਸ 'ਤੇ ਜਿੱਤੋ ਕਿਆ ਉਹ ਪੋਸੀਬਲ ਹੋ ਤੁਸੀਂ ਐਕਸੈਪਟ ਕਰ ਪਾਓਗੇ ਸਰ ਹਾਈ ਕਮਾਂਡ ਮੈਨੂੰ ਕਦੀ ਵੀ ਕੋਈ ਰਿਸਪੋਂਸੀਬਿਲਿਟੀ ਦੇਗਾ ਜਿੱਥੇ ਚਾਹੇ ਸਿਪਾਹੀ ਬਣਾ ਕੇ ਰੱਖੇਗਾ ਸੋ ਆਈ ਐਮ ਹੈਪੀ ਵਿਦ ਦੈਟ ਔਰ ਮੈਂ ਜੋ ਵੀ ਕਰਾਂਗਾ ਪੂਰੇ ਆਪਣੇ ਲਗਨ ਔਰ ਜੋੜ ਨਾਲ ਕਰਾਂਗਾ ਹਮ ਡਰਨੇ ਵਾਲੋਂ ਮੇ ਸੇ ਨਹੀਂ ਹੈ ਡਰਾਨੇ ਵਾਲੋਂ ਮੇ ਸੇ ਵੀ ਨਹੀਂ ਹੈ ਹਮ ਲੜਨੇ ਵਾਲੋਂ ਮੇ ਸੇ ਇਸ ਗੱਲ ਤੋਂ ਡਰਨਾ ਮੈਂ ਇੱਕ ਵਾਰੀ ਉਹਨੇ ਕਿਹਾ ਸੀ ਨਹੀਂ ਗੱਲ ਵੀ ਚਲੋ ਨੋਇੰਗਲੀ ਅਨਨੋਇੰਗਲੀ ਉਹਨਾਂ ਦੇ ਨੌਕਰ ਹੈ ਚੈਨਲ ਉਹਨਾਂ ਦਾ